ਮਨੁੱਖ ਦੀ ਜ਼ਿੰਦਗੀ ਦੇ ਵਿੱਚ ਆਰਟ ਦੀ ਬਹੁਤ ਅਹਿਮੀਅਤ ਹੈ। ਸਮੇਂ ਸਮੇਂ 'ਤੇ ਆਰਟ ਅਤੇ ਕਲਚਰ ਦੇ ਸਮੇਂ ਸਮੇਂ 'ਤੇ ਰਿਫੋਰਮਸ ਹੁੰਦੇ ਆਏ ਨੇ। ਯੂਰਪ ਦੇ ਵਿੱਚ ਵੀ ਰੈਨੇਸੈਂਸ ਹੋਇਆ ਸੀ ਜਦੋਂ ਆਰਟ ਅਤੇ ਕਲਚਰ ਦੇ ਰਿਫੋਰਮਸ ਹੋਏ ਸੀ ਅਤੇ ਸਾਰੀ ਹਿਸਟਰੀ ਬਦਲ ਕੇ ਰੱਖ ਦਿੱਤੀ ਗਈ ਸੀ। ਟ੍ਰੈਂਡ ਸੈੱਟ ਹੁੰਦੇ ਨੇ, ਕਦੇ ਕਿਸੇ ਚੀਜ਼ ਤੋਂ ਕੁਛ ਬਣਦਾ, ਕਦੇ ਕੁਛ ਬਣਦਾ, ਭਾਵੇਂ ਮਿਊਜ਼ਿਕ ਦੇ ਵਿੱਚ ਹੋਵੇ, ਫੈਸ਼ਨ ਦੇ ਵਿੱਚ ਹੋਵੇ, ਖਾਣ ਪੀਣ ਦੇ ਵਿੱਚ ਹੋਵੇ। ਅਤੇ ਇੱਕ ਅਜਿਹੇ ਹੀ ਸ਼ਖਸ ਸਾਡੇ ਨਾਲ ਮੌਜੂਦ ਨੇ, ਅਭਿਸ਼ੇਕ ਕੁਮਾਰ ਚੌਹਾਨ, ਜਿਨ੍ਹਾਂ ਨੇ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ। ਦੇਖਦੇ ਹਾਂ, ਪੁੱਛਦੇ ਹਾਂ ਉਹਨਾਂ ਤੋਂ ਕੀ ਹੈ ਉਹਨਾਂ ਦਾ ਰਿਕਾਰਡ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਡੇ ਚੈਨਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਚੈਨਲ 'ਤੇ ਬੁਲਾਇਆ ਜੀ। ਅਭਿਸ਼ੇਕ, ਕੀ ਹੈ ਤੁਹਾਡਾ ਰਿਕਾਰਡ, ਕੀ ਕੁਛ ਤੁਸੀਂ ਖਾਸ ਕਰਦੇ ਹੋ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ? ਮੈਂ ਐਕਚੁਅਲੀ ਅੱਖਾਂ 'ਤੇ ਪੱਟੀ ਬੰਨ੍ਹ ਕੇ ਘਾਹ ਤੋਂ ਕਲਾਕ੍ਰਿਤੀਆਂ ਵਗੈਰਾ ਬਣਾ ਲੈਂਦਾ, ਅਤੇ ਇਹ ਸਾਡਾ ਵਿਰਸਾ ਹੈਗਾ ਜਿਹਨੂੰ ਅੱਗੇ ਮੈਂ ਰਿਪ੍ਰੈਜੈਂਟ ਕਰ ਰਿਹਾ ਜੀ। ਇਹ ਆਈਡੀਆ ਤੁਹਾਨੂੰ ਕਿਵੇਂ ਆਇਆ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਫਲਾਰਸ ਤੋਂ ਤਾਂ ਅਸੀਂ ਅਕਸਰ ਦੇਖਦੇ ਹੀ ਹਾਂ, ਇੱਦਾਂ ਦੀ ਪਲਾਸਟਿਕ ਤੋਂ ਦੇਖਦੇ ਹਾਂ, ਗੋਲਡ ਤੋਂ ਵੀ ਅਸੀਂ ਬਹੁਤ ਕੁਛ ਬਣਦਾ ਦੇਖਦੇ ਹਾਂ, ਹੋਰ ਬਹੁਤ ਚੀਜ਼ਾਂ ਨੇ, ਧਾਂਤਾਂ ਨੇ, ਪਰ ਇਹ ਆਈਡੀਆ ਕਿਵੇਂ ਆਇਆ ਕਿ ਗਰਾਸ ਤੋਂ ਮੈਂ ਕੁਛ ਇਨੋਵੇਟਿਵ ਅਤੇ ਕ੍ਰੀਏਟਿਵ ਕਰਨਾ? ਦੇਖੋ, ਪੁਰਾਣੇ ਟਾਈਮ 'ਚ ਜਦ ਝੁੰਗੀ ਝੋਂਪੜੀਆਂ ਵਿੱਚ ਆਪਣੇ ਪੁਰਖੇ ਰਹਿੰਦੇ ਸੀ, ਉਦੋਂ ਵੀ ਉਹ ਆਪਣੇ ਘਰਾਂ ਨੂੰ ਸਜਾਉਂਦੇ ਸੀਗੇ, ਅਤੇ ਉਦੋਂ ਸਜਾਉਣ ਵਾਸਤੇ ਘਾਹ ਤੋਂ ਬਣੀ ਹੋਈ ਚੀਜ਼ਾਂ, ਹੋਰ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ, ਅਤੇ ਹੌਲੀ ਹੌਲੀ ਕਰਕੇ ਜਿਵੇਂ ਯੁੱਗ ਬਦਲੇ ਤਾਂ ਮੈਂ ਕਹਿ ਸਕਦਾ ਕਿ ਇਹ ਚੀਜ਼ਾਂ ਲੁਪਤ ਹੋ ਗਈਆਂ, ਅਤੇ ਸਾਡੇ ਜਿਹੜੇ ਪੂਰਵਜ ਸੀ ਉਹਨਾਂ ਨੇ ਸਾਂਭ ਕੇ ਰੱਖੀਆਂ ਅਤੇ ਅੱਗੇ ਡਿਜ਼ਾਈਨ ਦਿੰਦੇ ਗਏ, ਅਤੇ ਉਸੇ ਨੂੰ ਹੁਣ ਮੈਂ ਅੱਗੇ ਰਿਪ੍ਰੈਜੈਂਟ ਕਰਨ ਲੱਗਿਆ ਹੋਇਆ ਜੀ। ਕੀ ਕੁਛ ਬਣਾ ਲੈਂਦੇ ਹੋ, ਵਰਾਇਟੀ ਆਫ ਜਿਹੜੀਆਂ ਚੀਜ਼ਾਂ ਤੁਸੀਂ ਬਣਾਉਂਦੇ ਹੋ ਉਹ ਵੀ ਦੱਸੋ ਜੀ? ਝੂਮਰ ਵਗੈਰਾ ਹੋ ਗਏ, ਗੁਲਦਸਤੇ, ਰਾਖੀਆਂ, ਜਵੈਲਰੀ, ਡਫਲੀ, ਬਹੁਤ ਸਾਰੇ ਘੋਂਸਲੇ ਵਗੈਰਾ, ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਮੈਂ ਬਣਾ ਲੈਂਦਾ। ਅਤੇ ਇਹਨੂੰ ਅਸੀਂ ਇਸਤੇਮਾਲ ਵੀ ਕਰ ਸਕਦੇ ਹਾਂ ਜਦੋਂ ਵੀ, ਸਪੋਜ਼ ਤੁਸੀਂ ਜੁਵੈਲਰੀ ਤਾਂ ਚਲੋ ਅਸੀਂ ਪਾ ਵੀ ਸਕਦੇ ਹਾਂ, ਪਰ ਜਿਵੇਂ ਤੁਸੀਂ ਹੋਰ ਚੀਜ਼ਾਂ ਦੱਸ ਰਹੇ ਹੋ ਉਹਨਾਂ ਨੂੰ ਆਪਾਂ ਵਰਤੋਂ 'ਚ ਵੀ ਲੈ ਕੇ ਆ ਸਕਦੇ ਹਾਂ, ਜਿਵੇਂ ਡਫਲੀ ਵਗੈਰਾ? ਹਾਂਜੀ ਜੀ, ਵਰਤੀ 'ਚ ਉਹਨਾਂ ਨੂੰ ਲੈ ਕੇ ਆ ਸਕਦੇ ਹਾਂ ਜੀ। ਅਤੇ ਇਹਦੇ 'ਚ ਤੁਸੀਂ ਬਿਜ਼ਨਸ ਵੀ ਕਰਦੇ ਹੋ, ਸੇਲ ਕਰਦੇ ਹੋ, ਕੋਈ ਟ੍ਰੇਨਿੰਗ ਸੈਂਟਰ ਵੀ ਹੈ ਤੁਹਾਡਾ, ਕੀ ਹੈ ਤੁਹਾਡਾ ਬਿਜ਼ਨਸ ਮਾਡਲ ਹੈ ਕਿ ਬਸ ਆਪਣੇ ਸ਼ੌਂਕ ਲਈ ਤੁਸੀਂ ਸਭ ਕੁਛ ਕਰ ਰਹੇ ਹੋ? ਨਹੀਂ, ਹਜੇ ਬਿਜ਼ਨਸ ਮਾਡਲ ਦਾ ਇਹਦੇ 'ਚ ਕੋਈ ਮੈਂ ਇੱਦਾਂ ਦਾ ਕੋਈ ਕਮੈਂਟ ਨਹੀਂ ਕੀਤਾ ਹੈਗਾ, ਬਟ ਮੇਰਾ ਹਮੇਸ਼ਾ ਮੋਟੋ ਰਿਹਾ ਹੈਗਾ ਕਿ ਜਿਹੜਾ ਆਪਣਾ ਵਿਰਸਾ ਹੈਗਾ ਉਹਨੂੰ ਫੈਲਾਇਆ ਜਾਵੇ, ਤਾਂ ਹਜੇ ਸਿਰ ਮੈਂ ਉਸੇ 'ਤੇ ਫੋਕਸ ਰੱਖ ਰਿਹਾ ਜੀ। ਇਹਦੀ ਤੁਸੀਂ ਕੋਈ ਟ੍ਰੇਨਿੰਗ ਲਈ ਸੀ ਕਿੰਨੀ, ਮਤਲਬ ਜਾਂ ਫਿਰ ਆਪਣੇ ਆਪ ਹੀ ਤੁਹਾਡੇ ਅੰਦਰੋਂ ਇਹ ਫੁਰਨਾ ਫੁਰਿਆ ਕਿ ਮੈਂ ਇਹ ਸਭ ਚੀਜ਼ਾਂ ਕਰਨੀਆਂ ਨੇ, ਕੋਈ ਟ੍ਰੇਨਿੰਗ ਲਈ ਹੈ ਜਾਂ ਕਿਸੇ ਤੋਂ ਇੰਸਪਾਇਰਡ ਹੋ ਤੁਸੀਂ? ਐਕਚੁਅਲੀ ਮੈਂ ਆਪਣੇ ਦਾਦਾ ਸ਼੍ਰੀ ਤੋਂ ਇਹ ਕਲਾਵਾਂ ਸਿੱਖੀਆਂ ਸੀਗੀਆਂ, ਉਸ ਤੋਂ ਬਾਅਦ ਇਹਦੇ ਵਿੱਚ ਮੈਂ ਇੰਨਾ ਮਾਹਿਰ ਹੋ ਗਿਆ ਕਿ ਹੁਣ ਮੈਂ ਅੱਖਾਂ ਬੰਦ ਕਰਕੇ ਵੀ ਇਹ ਚੀਜ਼ਾਂ ਕਰ ਲੈਂਦਾ ਜੀ। ਅਤੇ ਇਹ ਸਬੱਬ ਕਿਵੇਂ ਬਣਿਆ ਕਿ ਜਿਹੜਾ ਰਿਕਾਰਡ ਦੇ ਵਿੱਚ ਤੁਸੀਂ ਆਪਣਾ ਨਾਮ ਦਰਜ ਕਰਵਾਇਆ, ਹੋਰ ਕਿੰਨੇ ਕੁ ਮਾਰਕੇ ਤੁਸੀਂ ਮਾਰੇ ਨੇ ਉਹ ਵੀ ਸਾਨੂੰ ਦੱਸੋ? ਦੇਖੋ ਜੀ, ਜਿਹੜਾ ਰਿਕਾਰਡ ਮੈਂ ਰੱਖਿਆ ਹੈਗਾ, ਮੈਂ ਤਾਂ ਇੱਕ ਤਾਂ ਇਹ ਕਹਿੰਦਾ ਕਿ ਪਰਮਾਤਮਾ ਦੀ ਦੇਣ ਹੈਗੀ ਹੈ ਜਿਸ ਕਰਕੇ ਮੇਰਾ ਰਿਕਾਰਡ ਦੇ ਵਿੱਚ ਨਾਮ ਆਇਆ ਜੀ। ਅਤੇ ਦੂਸਰਾ ਇਹ ਹੈ ਕਿ ਜਿਵੇਂ ਮੈਂ ਅੱਗੇ ਜਿਹੜੇ ਨੇਤਰਹੀਨ ਲੋਕ ਆ ਉਹਨਾਂ ਨੂੰ ਇਹ ਚੀਜ਼ ਸਿਖਾਉਣ ਜਾ ਰਹੇ ਹਾਂ ਜੀ। ਬਹੁਤ ਵਧੀਆ, ਇੱਕ ਉਪਰਾਲਾ ਹੋ ਸਕਦਾ ਕਿ ਉਹਨਾਂ ਨੂੰ ਇੱਕ ਬਿਜ਼ਨਸ ਆਪਾਂ ਮਾਡਲ ਕ੍ਰੀਏਟ ਕਰਕੇ ਦੇ ਸਕਦੇ ਹਾਂ। ਬਿਲਕੁਲ ਜੀ, ਬਿਲਕੁਲ। ਅਤੇ ਇਹ ਦੱਸੋ ਕਿ ਰਿਕਾਰਡ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਰਿਕਾਰਡ ਬਣਾਇਆ ਇਹ, ਕਿ ਕਿੰਨੇ ਲੋਕ ਸੀਗੇ ਜਿੱਥੇ ਤੁਸੀਂ ਇਹਦੇ ਭਾਗ ਲਿਆ ਜੀ? ਐਕਚੁਅਲੀ ਇੱਦਾਂ ਦਾ ਸਿਰਫ ਮੈਂ ਇਕੱਲਾ ਹੀ ਆਰਟਿਸਟ ਬਿਲੋਂਗ ਕਰਦਾ ਵਾਂ ਜਿਹੜਾ ਕਿ ਹੈਂਡੀਕ੍ਰਾਫਟ 'ਚ ਇੱਦਾਂ ਦਾ ਆਰਟ ਬਣਾ ਰਿਹਾ, ਤਾਂ ਕਿ ਮੇਰੇ ਮਤਲਬ ਕਿ ਕੰਪਟੀਸ਼ਨ 'ਚ ਇੱਦਾਂ ਦੇ ਕੋਈ ਹੋਰ ਪਰਸਨਸ ਨਹੀਂ ਸੀਗੇ, ਬਟ ਇਹ ਹੈ ਕਿ ਪੂਰੇ ਵਰਲਡ ਦੇ ਵਿੱਚ 212 ਬੰਦੇ ਨੇ ਜਿਹੜੇ ਕਿ ਅੱਖਾਂ 'ਤੇ ਪੱਟੀ ਬੰਨ੍ਹ ਕੇ ਕੁਛ ਕਰ ਸਕਦੇ ਨੇ, ਅਤੇ ਉਹਨਾਂ ਵਿੱਚ ਹੁਣ ਮੇਰਾ ਨਾਮ ਵੀ ਆਉਣਾ ਸਟਾਰਟ ਹੋ ਗਿਆ ਜੀ। ਅਤੇ ਕੋਈ ਵਰਲਡ ਰਿਕਾਰਡ ਵੀ ਬਣਾਉਣ ਜਾ ਰਹੇ ਹੋ, ਕੋਈ ਅੱਗੇ ਵਰਲਡ 'ਤੇ ਵੀ ਇੰਡੀਆ ਨੂੰ ਅਤੇ ਆਪਣੇ ਪੰਜਾਬ ਨੂੰ ਅਤੇ ਆਪਣੇ ਆਪ ਨੂੰ ਰੈਪ੍ਰਜੈਂਟ ਕਰਨ ਜਾ ਰਹੇ ਹੋ? ਹਾਂਜੀ, ਮੈਂ ਗਿਨੀਜ਼ ਵਰਲਡ ਰਿਕਾਰਡ ਵਾਸਤੇ ਟਰਾਈ ਕਰ ਰਿਹਾ ਹਾਂ, ਕਿਉਂਕਿ ਮੇਰਾ ਇਹੀ ਮੋਟੋ ਹੈ ਕਿ ਜਿਹੜਾ ਆਪਣਾ ਵਿਰਸਾ ਹੈਗਾ ਉਹਨੂੰ ਫੈਲਾਉਣ ਵਾਸਤੇ ਇਹ ਰਿਕਾਰਡ ਰੱਖਿਆ ਜਾ ਰਿਹਾ।
ਠੀਕ ਹੈ, ਅਤੇ ਇਹ ਸਨ ਸਾਡੇ ਨਾਲ ਅਭਿਸ਼ੇਕ, ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੇ ਰਿਕਾਰਡ ਬਣਾਇਆ ਅੱਖਾਂ 'ਤੇ ਪੱਟੀ ਬੰਨ੍ਹ ਕੇ, ਜਿਹੜਾ ਘਾਹ ਹੈ ਉਹਦੀ ਵਰਤੋਂ ਕਰਕੇ ਅਲੱਗ ਅਲੱਗ ਚੀਜ਼ਾਂ ਬਣਾਉਂਦੇ ਨੇ, ਅਤੇ ਕਹਿ ਰਹੇ ਨੇ ਕਿ ਮੈਂ ਅੱਗੇ ਜਿਹੜਾ ਵਰਲਡ ਲੈਵਲ 'ਤੇ ਵੀ ਗਿਨਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਵੀ ਇੰਡੀਆ ਨੂੰ ਦਾ ਨਾਮ ਅਤੇ ਪੰਜਾਬ ਦਾ ਨਾਮ ਚਮਕਾਊਂਗਾ, ਅਤੇ ਇਸੇ ਤਰ੍ਹਾਂ ਅਤੇ ਜਿਹੜਾ ਬਲਾਈਂਡ ਫੋਲਡਡ ਹੋ ਕੇ ਇਹ ਸਾਰਾ ਕੁਝ ਬਣਾਉਂਦੇ ਨੇ, ਜਿਹੜੇ ਨੇਤਰਹੀਨ ਨੇ ਉਹਨਾਂ ਨੂੰ ਵੀ ਇੱਕ ਚੰਗਾ ਭਵਿੱਖ ਦੇਣ ਲਈ ਉਹਨਾਂ ਨੂੰ ਵੀ ਇਹ ਕਲਾ ਜ਼ਰੂਰ ਸਿਖਾਉਣਗੇ। ਕੈਮਰਾਮੈਨ ਜਤਿੰਦਰ ਸਿੰਘ ਦੇ ਨਾਲ ਸਪਨ ਦਈਆ, ਪਟਿਆਲਾ।